ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਲੰਧਰ ਦੇਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ 5 ਵੱਖ ਵੱਖ ਮਾਮਲਿਆਂ 'ਚ 3 ਨਾਇਜੀਰੀਅਨ ਨਾਗਰਿਕਾਂ ਨੂੰ 2 ਕਿਲੋ ਤੋਂ ਵੱਧ ਹਰਨ ਸਮੇਤ ਕਾਬੂ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ 88 ਕਿਲੋ ਚੂਰਾ ਪੋਸਤ ਸਮੇਤ 6 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ SSP ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਾਰੀਆਂ ਗ੍ਰਿਫਤਾਰੀਆਂ ਕਰਤਾਰਪੁਰ, ਭੋਗਪੁਰ ਅਤੇ ਸ਼ਾਹਕੋਟੀ ਇਲਾਕਿਆਂ ਵਿੱਚ ਲਾਏ ਗਏ ਨਾਕਿਆਂ ਦੌਰਾਨ ਕੀਤੀਆਂ ਗਈਆਂ ਨੇ। ਉਨ੍ਹਾਂ ਮੁਤਾਬਕ ਕਾਬੂ ਕੀਤੇ ਗਏ 3 ਨਾਇਜੀਰੀਅਨ ਬਿਜ਼ਨਸ ਵੀਜ਼ਾ ਲੈ ਕੇ ਭਾਰਤ ਆਏ ਸਨ ਅਤੇ ਇਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਸੀ। ਉਨ੍ਹਾਂ ਮੁਤਾਬਕ ਨਾਇਜੀਰੀਅਨ ਤਸਕਰ ਦਿੱਲੀ ਤੋਂ ਹੈਰੋਨ ਲੈ ਕੇ ਇਸ ਜਲੰਧਰ ਦੇ ਸ਼ਾਹਕੋਟ ਇਲਾਕੇ ਵਿੱਚ ਸਪਲਾਈ ਦੇਣ ਆਏ ਸਨ। ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਛੇੜੀ ਗਈ ਹੈ ਉਸ ਦੇ ਵਿੱਚ ਕੱਲ੍ਹ ਜਲੰਧਰ ਰੂਰਲ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਦੋਂ 5 ਕੇਸਿਸ ਰਜਿਸਟਰ ਕੀਤੇ ਗਏ ਅਤੇ 6 ਤਸਕਰ ਫੜੇ ਗਏ ਨੇ। ਇਹਨਾਂ 'ਚੋਂ ਮੈਂ ਦੱਸਣਾ ਚਾਹੂੰਗਾ ਕਿ ਇੱਕ ਕੇਸ ਰਜਿਸਟਰ ਕੀਤਾ ਗਿਆ ਕਰਤਾਰਪੁਰ ਥਾਣੇ ਦੇ ਵਿੱਚ ਜਿੱਥੇ ਇੱਕ ਨਿਸ਼ਾਨ ਸਿੰਘ ਨਾਮ ਦਾ ਆਦਮੀ ਅਤੇ ਉਸਦਾ ਸਾਥੀ ਹਰਪ੍ਰੀਤ ਸਿੰਘ ਇੱਕ ਇਨੋਵਾ ਗੱਡੀ 'ਚੋਂ ਫੜੇ ਗਏ। ਉਹਨਾਂ ਕੋਲੋਂ 1 ਕਿਲੋ ਹੈਰੋਇਨ ਰਿਕਵਰ ਹੋਈ। ਇਸੇ ਤਰੀਕੇ ਨਾਲ ਹੀ ਇੱਕ ਕੇਸ ਰਜਿਸਟਰ ਕੀਤਾ ਗਿਆ ਭੋਗਪੁਰ ਦੇ ਵਿੱਚ ਜਿੱਥੇ ਜੈਲਾ ਅਤੇ ਉਸਦੀ ਘਰ ਦੀ ਇੰਦਰਜੀਤ ਜੀਤੀ ਹੈ ਇਹ ਦੋਵਾਂ ਇਨੋਵਾ ਕਾਰ ਦੇ ਵਿੱਚ ਜਾ ਰਹੇ ਸੀਗੇ। ਇਹਨਾਂ ਨੂੰ ਰੋਕ ਕੇ ਅਤੇ ਜਦੋਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਦੋਵੇਂ ਵੇਅਰਹਾਊਸ ਐਸਕੇਪ ਕਰ ਗਏ, ਬਟ ਇਹਨਾਂ ਕੋਲੋਂ 88 ਕਿਲੋ ਪੌਪੀ ਹਸਕ ਜਿਹੜਾ ਹੈ ਉਹ ਰਿਕਵਰ ਹੋਇਆ। ਇਸ ਦੇ ਸੰਬੰਧ ਦੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਗਿਆ ਭੋਗਪੁਰ ਥਾਣੇ ਦੇ ਆਦਮਪੁਰ ਪੁਲਿਸ ਸਟੇਸ਼ਨ ਦੇ ਵਿੱਚ ਐਂਡ ਇਨਵੈਸਟੀਗੇਸ਼ਨ ਜਾ ਰਹੀ ਹੈ। ਨਾਲ ਹੀ ਇਸ 'ਤੇ ਇੱਕ ਹੋਰ ਪਰਚਾ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਗੁਰਚਰਨ ਸਿੰਘ ਏਲੀਅਸ ਕਿੱਕੀ ਜੋ ਕਿ ਮਜੀਠੇ ਏਰੀਏ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ 200 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ। ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਇਸ ਬੰਦੇ ਦੀ ਕ੍ਰਿਮੀਨਲ ਬੈਕਗ੍ਰਾਊਂਡ ਕਾਫੀ ਵੱਡੀ ਹੈ। ਇਸ ਦੇ ਖਿਲਾਫ 9 ਪਰਚੇ ਆਲਰੇਡੀ ਰਜਿਸਟਰਡ ਨੇ, ਇਹਨੂੰ ਅਰੈਸਟ ਕਰ ਲਿਆ ਗਿਆ ਅਤੇ ਹੁਣ ਇਹਦੀ ਪੁੱਛਗਿੱਛ ਕੀਤੀ ਜਾਏਗੀ। ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਅਤੇ ਇਹਨੇ ਕਿਹਨੂੰ ਦੇ ਦਿੱਤਾ। ਇਸ ਦੇ ਨਾਲ ਹੀ ਸ਼ਾਹਕੋਟ ਥਾਣੇ ਦੇ ਵਿੱਚ 2 ਪਰਚੇ ਰਜਿਸਟਰ ਕੀਤੇ ਗਏ ਨੇ ਜਿੱਥੋਂ 3 ਅਫਰੀਕਨ ਨੈਸ਼ਨਲ ਫੜੇ ਗਏ ਨੇ। ਉਹਨਾਂ ਤਿੰਨਾਂ ਕੋਲੋਂ ਤਕਰੀਬਨ 1 ਕਿਲੋ 125 ਗ੍ਰਾਮ ਹੈਰੋਇਨ ਫੜੀ ਗਈ ਹੈ। ਇਹਨਾਂ ਨੂੰ ਵੀ ਹੁਣ ਪੇਸ਼ ਕਰਕੇ ਅਤੇ ਰਿਮਾਂਡ ਲਿਆ ਜਾਏਗਾ ਐਂਡ ਬਾਕੀ ਦੀ ਪੁੱਛਗਿੱਛ ਡਿਟੇਲ ਦੇ ਵਿੱਚ ਕੀਤੀ ਜਾਏਗੀ ਜਿਹੜੀ ਫਿਰ ਤੁਹਾਡੇ ਪ੍ਰੈਸ ਵਾਲੇ ਵੀਰਾਂ ਨਾਲ ਸ਼ੇਅਰ ਕੀਤੀ ਜਾਏਗੀ। ਅਫਰੀਕਨ ਨੈਸ਼ਨਲ ਫੜੇ ਗਏ ਨੇ, ਇਹਨਾਂ ਦੇ ਵੀਜ਼ਿਆਂ ਦਾ ਕੀ ਸਟੇਟਸ ਹੈ? ਇਹਨਾਂ ਦੇ ਵੀਜ਼ੇ ਜਿਹੜਾ ਹਜ ਤੱਕ ਦੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਕੀਤੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੇ ਹੀ ਟੂਰਿਸਟ ਵੀਜ਼ਿਆਂ 'ਤੇ ਆਏ ਸੀਗੇ। ਇੱਕ 2 ਸਾਲ ਪਹਿਲਾਂ ਆਇਆ ਸੀ, ਇੱਕ 3 ਸਾਲ ਪਹਿਲਾਂ ਆਇਆ ਸੀ, ਇੱਕ 2014 ਦਾ ਆਇਆ ਹੋਇਆ। ਇਹਨਾਂ ਦੇ ਵੀਜ਼ੇ 6-6 ਮਹੀਨੇ ਦੇ ਸੀ ਜਿਸ ਤੋਂ ਬਾਅਦ ਉਹ ਐਕਸਪਾਇਰ ਹੋ ਗਏ ਅਤੇ ਇਹ ਹੁਣ ਇਹ ਸਾਰੇ ਹੀ ਓਵਰ ਸਟੇ ਕਰ ਰਹੇ। ਇਹ ਬੇਸਿਕਲੀ ਦਿੱਲੀ ਦੇ ਰਹਿਣ ਵਾਲੇ ਨੇ, ਉੱਥੋਂ ਫਿਰ ਇਹ ਹੈਰੋਇਨ ਸਪਲਾਈ ਦਾ ਕੰਮ ਕਰਦੇ ਨੇ ਅਤੇ ਉਹ ਸਪਲਾਈ ਦੇ ਵਿੱਚ ਇਹਨਾਂ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਰਿਲੇਸ਼ਨਸ ਹੈਗੇ ਵੀ ਨੇ ਅਤੇ ਬਣਦੇ ਵੀ ਨੇ। ਇਹ ਹੁਣ ਇਹਨਾਂ ਨੂੰ ਅਸੀਂ ਫੜਿਆ, ਇਹਨਾਂ ਦੀ ਹੁਣ ਪੁੱਛਗਿੱਛ ਕਰਾਂਗੇ ਡਿਟੇਲ ਦੇ ਵਿੱਚ। ਇਹ ਡੀਲਿੰਗ ਹੈਰੋਇਨ ਦੇ ਵਿੱਚ ਹੀ ਕਰਦੇ ਨੇ, ਇਹ ਜਿਹੜੇ ਅੱਗੇ ਇਹਨਾਂ ਦੇ ਰਿਲੇਸ਼ਨਸ ਹੈਗੇ ਨੇ। ਜ਼ਰੀਆ ਡੈਫੀਨੇਟਲੀ ਜਿਹੜੇ ਮਾੜੇ ਅਨਸਰ ਨੇ ਜਿਹੜੇ ਹੈਰੋਇਨ ਦੇ ਵਿੱਚ ਡੀਲ ਕਰਦੇ ਨੇ ਉਹਨਾਂ ਨਾਲ ਇਹਨਾਂ ਦੇ ਸੰਪਰਕ ਨੇ ਅਤੇ ਉਹਨਾਂ ਦੇ ਥਰੂ ਹੀ ਇਹ ਡੀਲ ਕਰਦੇ ਨੇ ਹੈਰੋਇਨ। ਬਹਿਰਹਾਲ ਜਿਸ ਤੇਜ਼ੀ ਨਾਲ ਨਸ਼ਿਆਂ ਦੇ ਖਿਲਾਫ ਜਲੰਧਰ ਪੁਲਿਸ ਕੰਮ ਕਰ ਰਹੀ ਹੈ, ਜੇਕਰ ਹਰ ਜ਼ਿਲ੍ਹੇ ਦੀ ਪੁਲਿਸ ਇਸੇ ਤਰ੍ਹਾਂ ਮੁਸਤੈਦ ਹੋਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ।
ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS non SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।